ਤੁਸੀਂ ਜਦੋਂ ਕਿ ਤੂੰ ਉੱਥੇ ਮੇਰਾ ਵੀਡੀਓ ਦੇ ਵਿੱਚ ਪਹਿਲਾਂ ਤਾਂ ਗੀਤ ਦੇ ਵਿੱਚ ਨਾ ਪਾਤਾ ਜਿਹੜੇ ਘੋਨੇ ਮੋਨੇ ਨੇ ਬਾਣੇ ਲਾਉਂਦੇ ਆ, ਚਲੋ ਪਾਤਾ ਸੀ ਸਾਨੂੰ ਕੋਈ ਚੱਕਰ ਨਹੀਂ। ਹਾਂਜੀ ਨਹੀਂ ਵੀ ਨਾਂ ਨੀ ਪਾਇਆ ਤੁਹਾਡਾ, ਮਤਲਬ ਕਿ ਤੁਹਾਡਾ ਨਾਂ ਨੀ ਪਾਇਆ ਸੀ, ਮੈਂ ਤੁਹਾਨੂੰ ਗੱਲ ਦੱਸਦਾ ਵਾਂ ਠੀਕ ਆ। ਚਲੋ ਸਾਨੂੰ ਜਿਹੜੀ ਚੀਜ਼ ਅਸੀਂ ਸੁਣੀ ਆ ਸਾਨੂੰ ਮਹੀ ਤੁਹਾਡੀ ਮੇਰੀ ਗੱਲ ਸੁਣੋ, ਫੋਟੋ ਮੇਰੀ ਗੱਲ ਸੁਣੋ ਵੀਰ ਜੀ, ਅਸੀਂ ਮਤਲਬ ਕਿ ਤੁਹਾਡੇ ਨਾਲ ਕੋਈ ਨਫ਼ਰਤ ਨਹੀਂ ਕਰਦੇ, ਨਾ ਹੀ ਸਾਡੇ ਨਾਲ, ਅਸੀਂ ਤੁਹਾਡੀ ਰਿਸਪੈਕਟ ਕਰਦੇ ਹਾਂ ਸ਼ੁਰੂ ਤੋਂ ਹੀ, ਠੀਕ ਹੈ ਨਾ। ਕਈ ਗੱਲਾਂ ਹੁੰਦੀਆਂ ਵਾ, ਕਈ ਗੱਲਾਂ ਹੁੰਦੀਆਂ, ਮੇਰੀ ਗੱਲ ਸੁਣੋ, ਵੀਰ ਜੀ ਮੇਰੀ ਗੱਲ ਸੁਣੋ, ਜੇ ਮੈਂ ਗਲਤ ਹੋਊਂਗਾ ਤੇ ਮੈਂ ਬਰਦਾਸ਼ਤ ਕਰੂੰਗਾ, ਜਿੱਥੇ ਮੈਂ ਗਲਤ ਹੋਊਂਗਾ, ਮੈਂ ਮੇਰੀ ਗੱਲ ਸੁਣੋ, ਮੇਰੀ ਹਾਂਜੀ ਵੀਰ ਜੀ ਮੈਂ ਮੇਰੀ ਗੱਲ ਸੁਣੋ, ਮੈਂ ਸੁਣਿਆ ਵੀ ਆ ਤੇ ਮੈਂ ਜਿਹੜੀਆਂ ਚੀਜ਼ਾਂ ਕਰਕੇ ਫੇਰ ਹੀ ਇਹ ਗੱਲ ਹੋਈ ਆ। ਨਾਲੇ ਮੇਰੀ ਗੱਲ ਸੁਣੋ, ਪਤਾ ਕੀ ਮੈਂ ਤੁਹਾਨੂੰ ਗੱਲ ਦੱਸਦਾ, ਮੇਨ ਗੱਲ ਪਤਾ ਕੀ ਹੋਈ, ਮੇਨ ਗੱਲ ਪਤਾ ਵੀਰ ਜੀ, ਪਤਾ ਕੀ ਗੱਲ, ਮੇਨ ਗੱਲ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ, ਮੈਨੂੰ ਇਹਨਾਂ ਗੱਲਾਂ ਦਾ ਗਾਣੇ ਤੋਂ ਇੱਕ ਦਿਨ ਪਹਿਲਾਂ ਲੱਗਾ, ਉਹ ਕੁੜੀ ਨੇ ਤੇ ਉਹ ਮੁੰਡੇ ਰਾਈਟਰ ਨੇ ਗੱਲਾਂ ਸਾਂਝੀਆਂ ਲਿਖੀਆਂ, ਮੈਨੂੰ ਤੇ ਬਾਅਦ ਚ ਪਤਾ ਲੱਗਾ ਇਹ ਗੱਲ ਦਾ, ਮੈਂ ਜੇ ਆਪਣਾ ਮੈਨੂੰ ਕਿਉਂਕਿ ਗੱਲਾਂ ਤੇ ਮੈਨੂੰ ਉਦੋਂ ਹੀ ਸਪਸ਼ਟ ਹੋ ਗਏ ਕਿ ਇਹ ਗੱਲਾਂ ਹੋਈਆਂ ਵਾ। ਜਿੱਥੇ ਮੈਨੂੰ ਗਲਤ ਲੱਗਾ ਵਾ ਮੈਂ ਉਹ ਕੰਮ ਕੀਤਾ ਵਾ, ਮੈਂ ਕਿਹੜਾ ਕਹਿ ਦਿੰਦਾ ਮੈਂ ਮੁੱਕਰ ਥੋੜਾ ਦਿਆਂ। ਵੀਰ ਜੀ ਮੈਂ ਉਹਦੇ ਮੂੰਹ ਇਹ ਵੀ ਸੁਣਿਆ ਵੀ ਲਾਏ, ਉਹ ਵੀ ਸੁਣਿਆ ਕਿ ਨਹੀਂ ਲਾਏ, ਮੈਂ ਤੇ ਇੰਟਰਵਿਊ ਇਹ ਵੀ ਸੁਣਿਆ ਕਿ ਉਹਨੇ ਲਾਏ, ਓਕੇ ਉਹਨੇ ਕਿਹਾ ਕਿ ਲੱਖੇ ਉਹਨੇ ਲਾਏ। ਜਦੋਂ ਵੀਰ ਜੀ ਮੇਰੀ ਗੱਲ ਸੁਣੋ, ਜਦੋਂ ਤੁਹਾਨੂੰ ਉੱਥੇ ਗਲਤ ਬੋਲਣ ਦੇ ਸਟੇਜ ਤੇ ਇਹ ਵੀ ਲਾਗੇ ਖੜਾ ਸੀ, ਇੱਕ ਵਾਰੀ ਨੀ ਬੜੀ ਵਾਰਾਂ ਵੇਖਿਆ ਇਹਨੂੰ ਮੈਂ, ਇਹ ਨਵੀਨ ਵੀਰ ਜੀ ਮੈਂ ਤੁਹਾਡੇ ਲਾਗੇ ਨੀ ਖੜਾ ਵੀਰ ਜੀ, ਤੁਹਾਡੇ ਲਾਗੇ ਤੇ ਬਾਅਦ ਚ ਮੈਂ ਤੁਹਾਡੀ ਗੱਲ ਕਰ ਵੀਡੀਓ ਵੇਖੀ ਆ, ਇਹ ਉਹਨਾਂ ਬੰਦਿਆਂ ਲਾਗੇ ਖੜਾ ਜਿਹੜੇ ਤੁਹਾਨੂੰ ਗਲਤ ਬੋਲਣ ਦੇ ਸੀ। ਤੁਹਾਨੂੰ ਚਲੋ ਨਹੀਂ ਪਤਾ ਸੀ, ਆਪਣਾ ਤਾਂ ਹੁਣ ਬ੍ਰਦਰ ਹੀ ਆ ਨਾ ਉਹ, ਤੁਹਾਡੇ ਨਾਲ ਜਿੰਨਾ ਰਣਵੀਰ ਦਾ ਉਹਨਾਂ ਦਾ ਪਿਆਰ ਆ ਉਨਾ ਹੀ ਉਧਰ ਆ ਮੇਰਾ। ਹਾਂਜੀ ਉਹ ਐਕਚੁਅਲ ਦੇ ਵਿੱਚ ਜਿਹੜੀ ਉਹ ਅਫਵਾਹ ਆਈ ਸੀ ਵੀ ਲੱਖੇ ਨੇ ਕਕਾਰ ਲਾਤੇ ਜਾਂ ਲੱਖੇ ਨੇ ਕੁੱਟਮਾਰ ਕੀਤੀ ਆ। ਹਾਂਜੀ ਭਾਜੀ ਇੱਕ ਮਿੰਟ ਲਿਸਨ, ਤੁਹਾਡੀ ਗੱਲ ਵਿੱਚ ਆ, ਹੁਣ ਅਫਵਾਹ ਆਈ ਸੀ ਨਾ ਉਹ ਅਫਵਾਹ ਅਸੀਂ ਸਰਚ ਕੀਤੀ ਆ ਤਾਂ ਕਰਕੇ ਗਾਣੇ ਚ ਇਹ ਬੋਲ ਬੋਲੇ ਆ, ਹੁਣ ਜੇ ਉਹ ਕਹਿੰਦੇ ਮੈਂ ਸਹੀ ਆ ਮੈਂ ਗਲਤ ਨੀ ਸੀਗਾ ਤਾਂ ਉਹ ਭਾਜੀ ਕਹਿ ਦੇਣ ਵੀ ਸੋਨੀ ਤੂੰ ਨਾ ਤੈਨੂੰ ਮਿਸਅੰਡਰਸਟੈਂਡਿੰਗ ਹੋ ਗਈ ਆ ਵੀ ਗੱਲ ਏਦਾਂ ਨੀ ਸੀ ਏਦਾਂ ਆ, ਫਿਰ ਮੈਂ ਸੋਰੀ ਫੇਰ ਮੰਗ ਲੂ, ਫਿਰ ਮੈਂ ਸੋਰੀ ਫੇਰ ਮੰਗੂਗੀ ਮੇਰੇ ਕੋਲ ਸੋਰੀ। ਪਤਾ ਕੀ ਮੈਂ ਦੱਸਦਾ, ਰਾਤ ਰਣਵੀਰ ਭਾਰ ਨੂੰ ਕਿਹਾ ਉਹਨਾਂ ਨੇ ਉਹ ਨਾ ਜਿਹੜਾ ਪੰਜਾਬ ਦਾ ਲੀਡਰ ਬਣ ਜਾਵੇ ਪੰਜਾਬ ਦਾ ਫੇਸ ਬਣ ਜਾਵੇ ਉਹ ਕੱਲੇ ਕੱਲੇ ਨੂੰ ਨੀ ਉਹ ਦੇ ਸਕਦਾ ਸਪਸ਼ਟੀਕਰਨ, ਜਿਵੇਂ ਹੁਣ ਤੁਸੀਂ ਰਣਵੀਰ ਭਾਰ ਆ ਨਾ ਫੋਨ ਤੇ ਕਿਹਾ ਗਿਆ ਕਿ ਮਾਫ਼ੀ ਮੰਗੋ ਹਨਾ, ਤੇ ਫਿਰ ਰੀਜ਼ਨ ਤੇ ਦੇਣਾ ਪੈਣਾ ਜੀ ਮੈਨੂੰ ਫਿਰ। ਮੈਂ ਦੱਸਦਾ ਤੁਹਾਨੂੰ, ਤੁਸੀਂ ਮੇਰਾ ਸ਼ੋਰਟ ਲਈ ਨਾ ਇੱਕ ਗੱਲ ਫੋਲੋ ਕਰਿਓ, ਇਹਦੇ ਚ ਕੋਈ ਇਹ ਨੀ ਹੈਗਾ ਆਪਾਂ ਕਿਸੇ ਤੋਂ ਮਾਫ਼ੀ ਮੰਗਾ ਕੇ ਵੱਡਾ ਛੋਟਾ ਕਰਾਉਣਾ। ਹਾਂਜੀ ਬੇਸਿਕਲੀ ਹੋਇਆ ਐਵੇਂ ਸੀ, ਸਪੋਜ਼ ਕਰੋ ਕਿਸੇ ਦੇ ਕੋਈ ਬੰਦਾ ਕਿਸੇ ਨੂੰ ਕੁੱਟ ਜਾਂਦਾ, ਉਹ ਨਵੀਨ ਦੀ ਲਾ ਲਓ, ਨਵੀਨ ਨੂੰ ਕਿਸੇ ਨੇ ਕੁੱਟਿਆ ਨਾ, ਬਾਬਾ ਰਾਜਾ ਰਾਜ ਸਿੰਘ ਹੋਣਾ ਨੇ ਉਹਦੀ ਉਹ ਲੈ ਲਈ ਵੀ ਅਸੀਂ ਕੁੱਟਿਆ ਵਾ ਜ਼ਿੰਮੇਵਾਰੀ, ਤੇ ਜਿਹਨੇ ਜਿਹਦੇ ਕੁੱਟ ਪਈ ਆ ਨਵੀਨ ਉਹ ਕਹਿੰਦਾ ਵੀ ਲੱਖੇ ਨੇ ਮੈਨੂੰ ਕੁੱਟਿਆ ਨੀਗਾ। ਹੁਣ ਜੇ ਮੈਂ ਉੱਥੇ ਖੜ ਕੇ ਕਵਾਂ ਨੀ ਲੱਖੇ ਨੇ ਕੁੱਟਿਆ, ਜਿਹਦੇ ਕੁੱਟ ਪਈ ਉਹ ਤਾਂ ਕਹਿੰਦਾ ਮੈਨੂੰ ਲੱਖੇ ਨੇ ਕੁੱਟਿਆ ਨੀ, ਜਿਹੜਾ ਕੁੱਟਣ ਵਾਲਾ ਵਾ ਉਹ ਕੰਡੈਮ ਕਰੀ ਜਾਂਦਾ ਵੀ ਮੈਂ ਕੁੱਟਿਆ, ਹੁਣ ਮੇਰੀ ਤਾਂ ਕੋਈ ਵੈਲਿਊ ਨੀ ਰਹਿ ਜਾਣੀ ਬੋਲਣ ਦੀ ਉੱਥੇ। ਹਾਂਜੀ ਭਾਜੀ ਪਰ ਜੀ ਭਾਜੀ ਪੋਲਿਟਿਕਸ ਦੇ ਵਿੱਚ ਆ, ਪੋਲਿਟਿਕਸ ਚ ਤਾਂ ਦੇਖੋ ਹਰ ਇੱਕ ਬੰਦੇ ਨੂੰ ਬੋਲਿਆ ਜਾਂਦਾ ਹਨਾ, ਚਾਹੇ ਉਹ ਸਹੀ ਭਾਵੇਂ ਚਾਹੇ ਉਹ ਨਹੀਂ ਸਹੀ। ਹੁਣ ਜੀ ਭਾਜੀ ਸਹੀ ਆ ਤਾਂ ਇੱਕ ਵਾਰ ਭਾਜੀ ਲਾਈਵ ਹੋ ਕੇ ਚਲੋ ਕਹਿ ਦੇਣਾ, ਨਾਲੇ ਉਹਨਾਂ ਦਾ ਜਿਹੜਾ ਪੁਰਾਣਾ ਧੋਤਾ ਉਹ ਧੋਤਾ ਜਾਣਾ ਆ ਜੋ ਉਹਨਾਂ ਤੇ ਦਾਗ ਲੱਗਾ ਹੋਇਆ। ਮੈਂ ਦੱਸਦਾ ਲਾਈਵ ਹੋ ਕੇ ਕਹਿਣ ਨਾਲ ਕੋਈ ਫਰਕ ਨਹੀਂ ਹੈਗਾ ਦੇ ਵਿੱਚ, ਹੋਰ ਕਿਉਂਕਿ ਉਹਨੇ ਕੁਛ ਕੀਤਾ ਸੀਗਾ ਤੇ ਉਹ ਜਵਾਬ ਖਾਹਿਸ਼ ਹੋ ਗਈ, ਜੇ ਤਾਂ ਨਵੀਨ ਆ ਕੇ ਕਹੇ ਵੀ ਹਾਂ ਮੈਨੂੰ ਲੱਖੇ ਨੇ ਕੁੱਟਿਆ ਮੇਰੇ ਕਕਾਰ ਲਾ ਤੇ, ਫਿਰ ਤਾਂ ਲੱਖੇ ਦਾ ਸਪਸ਼ਟੀਕਰਨ ਦੇਣਾ ਬਣਦਾ ਵਾ ਵੀ ਹਾਂ ਜਿਹੜੇ ਸਿੰਘ ਦੇ ਕਕਾਰ ਲਏ ਨੇ ਉਹਨੂੰ ਉਹ ਆਪ ਆ ਕੇ ਰੌਲਾ ਮਾਰਿਆ ਵੀ ਮੇਰੇ ਲੱਖੇ ਨੇ ਕਕਾਰ ਲਾ ਤੇ। ਹਾਂਜੀ ਹੁਣ ਥਰਡ ਬੰਦਾ ਹੀ
रात भी देखो कह रहे सी साडे च दम होगा असि एदा करा लांगे एक तरह दी ना धमकी हुंदी आ वी कुछ भी हो सकदा आ फिर उस डर दे तौर ते मैं माफी मांग सकदी आ वी हां मैनू डर आ इस चीज दा ਬਾਠ ਹੋ ਰਿਹਾ ਵੀਰੇ ਦੱਸੋ ਵੀਰੇ ਯਾਰ ਉਹ ਗਾਣੇ ਵਾਲਾ ਤੁਹਾਡਾ ਕੀ ਚੱਕਰ ਆ ਕੀ ਚੱਕਰ ਆ ਵੀਰ ਜੀ ਉਹ ਤੁਸੀਂ ਫੋਟੋ ਕਰਾਈ ਲਾਈਏ ਬੰਦੇ ਦੀ ਬਈ ਤੁਹਾਨੂੰ ਜੋ ਅੱਜ ਹੋਇਆ ਉਹ ਨਹੀਂ ਪਤਾ ਇਹ ਤਾਂ ਹਜੇ ਕੁਛ ਵੀ ਨਹੀਂ ਇਹ ਤਾਂ ਸ਼ੁਰੂਆਤ ਆ ਠੀਕ ਆ ਵੀਰ ਜੀ ਹਾਂ ਇਹ ਹਜੇ ਕੁਛ ਵੀ ਨਹੀਂ ਹੋਇਆ ਹਜੇ ਤਾਂ ਹਜੇ ਕੁਛ Subscribe our channel and press the bell icon ताकि कोई भी नवी अपडेट तुसे बिल्कुल भी मिस ना करो।